ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਅਸੀਂ ਖੜੇ ਹਾਂ ਵਿਕਟੋਰੀਅਨ ਪਾਰਲੀਮੈਂਟ ਦੇ ਸਾਹਮਣੇ, ਜਿੱਥੇ ਅੱਜ ਦਾ ਦਿਨ ਬੜਾ ਵਡਭਾਗਾ ਸਿੱਖ ਕਮਿਊਨਿਟੀ ਵਿਕਟੋਰੀਆ ਦੇ ਲਈ, ਕਿਉਂਕਿ ਅੱਜ ਸਿੱਖੀ ਔਰ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, 550ਵਾਂ ਪ੍ਰਕਾਸ਼ ਪੁਰਬ, ਜਿੱਥੇ ਦੁਨੀਆਂ ਭਰ ਦੇ ਸਿੱਖਾਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ, ਉੱਥੇ ਅੱਜ ਵਿਕਟੋਰੀਅਨ ਪਾਰਲੀਮੈਂਟ ਦੇ ਵਿੱਚ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਇਹ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ। ਔਰ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ, ਪੰਜ ਸਿੰਘਾਂ ਦੀ ਅਗਵਾਈ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸੁਸ਼ੋਭਿਤ ਹੋਣ ਜਾ ਰਹੇ ਨੇ। ਸੋ ਸਿੱਖ ਕਮਿਊਨਿਟੀ ਦਾ ਇੱਕ ਵੱਡਾ ਹਿੱਸਾ ਇਸ ਵੇਲੇ ਪਾਰਲੀਮੈਂਟ ਦੇ ਵਿੱਚ ਮੌਜੂਦ। ਵਿਕਟੋਰੀਅਨ ਪਾਰਲੀਮੈਂਟ ਦੇ ਵਿੱਚ ਪਹਿਲੀ ਵਾਰ ਅਸੀਂ 550ਵਾਂ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ, ਔਰ ਸਾਡੇ ਲਈ ਇਹ ਸਮਾਜ ਦਾ ਬਹੁਤ ਹੀ ਵਡਭਾਗ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਆ ਉਹ ਸੁਸ਼ੋਭਿਤ ਹੋਣ ਜਾ ਰਹੇ ਨੇ ਪਾਰਲੀਮੈਂਟ ਦੇ ਅੰਦਰ। ਔਰ ਸਿੱਖ ਭਾਈਚਾਰਾ, ਵਿਕਟੋਰੀਆ ਦਾ ਸਿੱਖ ਭਾਈਚਾਰਾ ਜਿਹੜਾ ਇਹ ਖੁਸ਼ੀ ਜਿਹੜੀ ਹੈ ਉਹ ਹਾਸਲ ਕਰਨ ਜਾ ਰਿਹਾ। ਸੋ ਅੱਜ ਦਾ ਦਿਨ ਵਡਭਾਗਾ ਦਿਨ, ਇਹ ਵਡਭਾਗੀ ਘੜੀ ਜਿਸ ਨੂੰ ਅੱਜ ਅਸੀਂ ਸਾਰੇ ਰਲ ਮਿਲ ਕੇ ਮਨਾਉਣ ਜਾ ਰਹੇ ਹਾਂ। ਵਾਹਿਗੁਰੂ ਦੇ ਜਾਪ ਕਰਦੀ ਹੋਈ ਸਿੱਖ ਸੰਗਤ ਪਾਰਲੀਮੈਂਟ ਦੇ ਅੰਦਰ ਵੱਲ ਵੱਧਦੀ ਹੋਈ ਗੁਰੂ ਸਾਹਿਬਾਨ ਦੀ ਅਗਵਾਈ ਦੇ ਵਿੱਚ, ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਪਾਰਲੀਮੈਂਟ ਦੇ ਅੰਦਰ ਸੁਸ਼ੋਭਿਤ ਹੋਣ ਜਾ ਰਹੇ ਨੇ। ਵਿਕਟੋਰੀਅਨ ਸਿੱਖ ਕਮਿਊਨਿਟੀ ਦੇ ਲਈ ਅੱਜ ਦਿਨ ਵਡਭਾਗਾ ਦਿਨ। ਸੋ ਤੁਸੀਂ ਵੇਖ ਸਕਦੇ ਹੋ ਕਿ ਸਿੱਖ ਕਮਿਊਨਿਟੀ ਦੇ ਬਹੁਤ ਸਾਰੇ ਆਗੂ, ਬਹੁਤ ਸਾਰੀਆਂ ਪਰਸਨੈਲਿਟੀਜ਼ ਇਸ ਵੇਲੇ ਇਹ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਇੱਥੇ ਪਹੁੰਚੀਆਂ ਹੋਈਆਂ ਨੇ, ਅਤੇ ਅਸੀਂ ਜਿਹੜੀ ਬਾਕੀ ਦੀ ਸਾਰੀ ਹੀ ਜਾਣਕਾਰੀ ਹੈ ਉਹ ਨਾਲ ਹੀ ਨਾਲ ਅਪਡੇਟ ਜਿਹੜੀ ਹੈ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ